ਸਤਿ ਸ਼੍ਰੀ ਅਕਾਲ ਜੀ ਗਰੁੱਪ ਵਾਲੇ ਸਾਰੇ ਵੀਰਾਂ ਨੂੰ। ਮੈਂ ਬਲਜੀਤ ਸਿੰਘ, ਪਿੰਡ ਸ਼ੇਰਪੁਰ ਖੁਰਦ, ਤਹਿਸੀਲ ਜਗਰਾਓਂ। ਆਪਾਂ ਇਹ ਝੋਨਾ ਵੀਰੇ PRX 26 ASRB ਦੀ ਨਾ 12 ਜੂਨ ਨੂੰ ਬੀਜਿਆ ਸੀਗਾ ਅਤੇ ਅੱਜ 9 ਨੂੰ ਇਹ ਲਗਭਗ 60 ਦਿਨਾਂ ਦੇ ਨੇੜੇ ਹੋ ਚੱਲਿਆ ਵਾ। ਝੋਨਾ ਬਹੁਤ ਸੋਹਣਾ, ਇਹਦੇ ਵਿੱਚ ਥੋੜ੍ਹਾ ਜਿਹਾ ਇਹ ਗਰਮੀ ਚ ਆ ਗਿਆ ਸੀਗਾ, ਜਰਮੀਨੇਟ ਅੱਗੋਂ ਪਿੱਛੋਂ ਹੋਈ ਆ, ਥੋੜ੍ਹਾ ਜਿਹਾ ਉੱਚਾ ਨਹੀਂ ਵਾ, ਪਰ ਝੋਨਾ ਇਸ ਟਾਈਮ ਪੂਰਾ ਓਕੇ ਬਣ ਗਿਆ ਵਧੀਆ। ਅਤੇ 3 ਵਾਰ ਇਹਨੂੰ ਖਾਦ ਲੱਗ ਚੁੱਕੀ ਹੈ। 1/2 ਕਿਲੋ ਚਲੇਟਡ ਜੈਂਕ ਪਾਇਆ ਸੀ ਆਪਾਂ ਇਹਨੂੰ ਇੱਕ, ਅਤੇ 5 ਤੋਂ 7 ਕਿਲੋ ਆਪਾਂ ਪਾਇਆ ਸੀਗਾ ਮੈਗਨੀਸ਼ੀਅਮ ਤੀਜੇ ਰੇ ਨਾਲ। ਦੂਜੇ ਨਾਲ ਆਪਾਂ ਜੈਂਕ ਪਾਇਆ ਸੀ ਇਹ 'ਚ 1/2 ਕਿਲੋ ਚਲੇਟਡ। ਝੋਨਾ ਬਹੁਤ ਵਧੀਆ ਬਣ ਗਿਆ, ਬਹੁਤ ਸੋਹਣੇ ਬੂਟੇ ਬਣਾ ਗਿਆ। ਥੋੜ੍ਹਾ ਜਿਹਾ ਬਿਜਾਈ ਦੁਪਹਿਰੇ ਹੋ ਗਈ ਸੀ ਇਹਦੀ 10 ਕੁ ਵਜੇ, ਅਤੇ ਗਰਮੀ ਉਦੋਂ ਜ਼ਿਆਦਾ ਸੀਗੀ, ਜਰਮੀਨੇਸ਼ਨ 'ਚ ਥੋੜ੍ਹੀ ਜਿਹੀ ਦਿੱਕਤ ਆਈ ਆ, ਪਾਣੀ ਲਾ ਕੇ ਥੋੜ੍ਹਾ ਬਰਾਬਰ ਹਰਾ ਕਰਨਾ ਪਿਆ ਸੀ ਇਹ, ਅਤੇ ਪਰ ਬਹੁਤ ਵਧੀਆ ਵਾ।